ਕਿਸੇ ਨੂੰ ਭੰਡਦਾ ਨਹੀਂ, ਮੈਂ ਤਾਂ ਸਿਰਫ ਵੋਟਰਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਤੁਸੀਂ ਨਾ ਜੀ ਕਾਰਗੁਜ਼ਾਰੀ 'ਤੇ ਫੈਸਲੇ ਲਿਆ ਕਰੋ, ਪੰਜਾਬ ਦਾ ਇਨਫਰਾਸਟਰਕਚਰ ਸਾਰਾ ਦੇਖ ਲਿਓ ਵੀ ਕਿਹੜੀ ਪਾਰਟੀ ਨੇ ਬਣਾਇਆ, ਅਤੇ ਮੈਂ ਜਿਹੜੀ ਜਿਹੜੀ ਸੀਟ 'ਤੇ ਰਿਹਾ ਮੇਰੀ ਕਾਰਗੁਜ਼ਾਰੀ ਚੈੱਕ ਕਰੋ ਜ਼ਰੂਰ। ਪਿੰਡ ਤੋਂ ਆਪਣਾ ਸਫ਼ਰ ਸ਼ੁਰੂ ਕਰਿਆ, ਪਿੰਡ ਦਾ ਸਰਪੰਚ ਬਣਿਆ, 2 ਵਾਰੀ ਮਿਊਂਸੀਪਲ ਕੌਂਸਲ ਦਾ ਪ੍ਰਧਾਨ ਬਣਿਆ, ਫਿਰ MLA ਬਣਿਆ, ਮਿਨਿਸਟਰ ਬਣਿਆ, ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਜੋ ਜ਼ਿੰਮੇਵਾਰੀ ਮੈਨੂੰ ਮਿਲੀ ਪੂਰੀ ਇਮਾਨਦਾਰੀ ਨਾਲ ਨਿਭਾਈ। ਜਿਹੜੇ ਮੇਰੇ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਬਣੇ ਨੇ ਜੀ, ਉਹਨਾਂ ਨੇ MP ਦੀ ਅਹਿਮੀਅਤ ਹੀ ਖਤਮ ਕਰ ਦਿੱਤੀ। MP ਦਾ ਮਤਲਬ ਮੈਂ ਤਾਂ ਇਹੀ ਸਮਝੂੰਗਾ ਕਿ ਮੇਰਾ ਪਰਿਵਾਰ, ਮੇਰਾ ਪਟਿਆਲਾ, ਮੇਰਾ ਪੰਜਾਬ। ਬਾਰਡਰ ਆ, ਗੇਟਵੇ ਆਫ ਪੰਜਾਬ ਆ, ਇੱਥੋਂ ਸਾਰੀ ਐਂਟਰੀ ਹੁੰਦੀ ਆ ਹਰੇਕ ਚੀਜ਼ ਦੀ, ਔਰ ਗੇਟਵੇ ਆਫ ਪੰਜਾਬ ਦੇ ਤੁਸੀਂ ਦੇਖੋ ਵੀ ਮੁੱਖ ਮੰਤਰੀ ਰਹੇ ਹਾਂ 2 ਵਾਰੀ, 4 ਵਾਰੀ MP ਰਹੇ ਹਾਂ, ਜੇ ਤੁਸੀਂ ਉਸੇ ਨੂੰ ਨਹੀਂ ਸਵਾਰ ਸਕੇ ਬਾਕੀ ਪੰਜਾਬ ਨੂੰ ਕਿਆ ਸਵਾਰੋਗੇ। ਸੁਖਬੀਰ ਜੀ ਨੂੰ ਜੀਰਕਪੁਰ ਲਿਆ, ਸਾਰੀਆਂ ਸੜਕਾਂ ਦਿਖਾਈਆਂ, 500 ਕਰੋੜ ਰੁਪਏ ਦੇ ਪ੍ਰੋਜੈਕਟ ਸੈਂਕਸ਼ਨ ਕਰਵਾ ਲਏ ਤੇ ਇਹ 500-400 ਕਰੋੜ ਰੁਪਏ ਮਹਿਲਾਂ ਵਾਲੇ ਉਹਦੇ 'ਤੇ ਨਹੀਂ ਲਾ ਸਕਦੇ। ਬਾਦਲ ਸਾਹਿਬ ਨੇ ਜੀਰਕਪੁਰ ਤੋਂ ਲੈ ਕੇ ਬਾਦਲ ਪਿੰਡ ਤੱਕ ਸੜਕ ਬਣਵਾ ਦਿੱਤੀ, ਡਬਲ 6 ਘੰਟੇ ਦਾ ਸਫ਼ਰ 2.5 ਘੰਟੇ 'ਚ ਕਰ ਦਿਆ। ਇਹ ਘੱਟ ਤੋਂ ਘੱਟ ਆਪਣੇ ਘਰ ਦੀ ਸੜਕ ਤਾਂ ਬਣਾ ਸਕਦੇ, ਅਤੇ ਚੰਡੀਗੜ੍ਹ ਤੋਂ ਸਰਹੰਦ ਰੋਡ ਕਿੰਨੀ ਇੰਪੋਰਟੈਂਟ ਰੋਡ ਆ, ਕਿੰਨੇ ਐਕਸੀਡੈਂਟ ਉੱਥੇ, ਕਿੰਨਾ ਟ੍ਰੈਫਿਕ ਦਾ ਫਲੋ ਆ। ਸ਼੍ਰੋਮਣੀ ਅਕਾਲੀ ਦਲ ਹੀ ਡਟ ਕੇ ਲੜ ਸਕਦਾ, ਬਾਕੀ ਤਾਂ 3 ਕੇਂਦਰ ਦੀਆਂ ਪਾਰਟੀਆਂ ਵੋਟਾਂ ਵਾਸਤੇ ਇਹਨਾਂ ਨੂੰ MSP ਨਜ਼ਰ ਆਉਂਦੀ ਹੈ, ਬਾਕੀ ਕਿਸੇ ਨੂੰ ਨਹੀਂ ਆਉਂਦੀ। ਮਹਾਰਾਣੀ ਸਾਹਿਬ 20 ਸਾਲ ਕਾਂਗਰਸ 'ਚ ਰਹੇ, BJP ਉਹਨੂੰ ਹਿੰਦੂ ਪਾਰਟੀ ਵੀ ਲੱਗਦੀ ਤੀ, ਮਾੜੀ ਪਾਰਟੀ ਵੀ ਲੱਗਦੀ ਤੀ, ਗਾਲਾਂ ਵੀ ਕੱਢਦੀ ਤੀ, ਇੱਕਦਮ ਸਰੋਪਾ ਪਿਆ। ਜਿਹੜੇ 20 ਸਾਲ ਵਾਲਾ ਉਹ ਚਿੱਪਾ ਜਿਹੜਾ ਚੇਂਜ ਹੋ ਗਿਆ, ਕੰਪਿਊਟਰ ਆ। ਪਹਿਲਾਂ ਗਾਂਧੀ ਜੀ ਆਪ ਤੋਂ ਲੜੇ, ਟਿਕਟ ਨਹੀਂ ਮਿਲੀ, ਫਿਰ ਆਜ਼ਾਦ ਲੜੇ, ਹੁਣ ਮਤਲਬ ਵਾਸਤੇ ਕਾਂਗਰਸ 'ਚ ਚਲੇ ਗਏ। ਦੱਸੋ ਵਰਕਰ ਕਿਆ ਕਹੋਗੇ ਵੀ ਇੱਕ ਉਧਾਰ ਲਏ ਹੋਏ ਉਮੀਦਵਾਰ ਨੂੰ ਵੋਟਾਂ ਪਾ ਦੇ। 2024 ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੱਕ ਚੁੱਕੀ ਹੈ, ਜੇਕਰ ਕਹੀਏ ਤਾਂ ਅਖਾੜਾ ਪੱਕ ਚੁੱਕਾ, ਔਰ ਅਖਾੜੇ ਦੇ ਵਿੱਚ ਵੱਖਰੇ ਵੱਖਰੇ ਉਮੀਦਵਾਰ ਵੱਖਰੀ ਵੱਖਰੀ ਪਾਰਟੀਆਂ ਤੋਂ ਉਤਰ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਨੇ NK ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ, ਔਰ ਚੋਣਾਂ ਦੀ ਗਰਮੀ ਦੇ ਵਿੱਚ ਖਾਸ ਤੌਰ 'ਤੇ ਕਹਿ ਲਈਏ ਤਾਂ ਇਸ ਵਾਰ ਓਪਨ ਇਲਾਕੇ ਦੇ ਵਿੱਚ ਵੀ ਖੜੇ ਹਾਂ। ਸ਼ਰਮਾ ਜੀ, ਜਿਸ ਤਰੀਕੇ ਦੀ ਗਰਮੀ ਹੁਣ ਸ਼ਹਿਰ ਦੇ ਵਿੱਚ ਪੈ ਰਹੀ ਹੈ, ਸਿਆਸਤ ਦੀ ਗਰਮੀ ਕੀ ਕਹਿ ਰਹੀ ਹੈ? ਪਰਮਾਤਮਾ ਦੀ ਕਿਰਪਾ ਆ ਕਿ ਮੈਨੂੰ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਰਕਰ ਨੂੰ ਮਾਣ ਸਤਿਕਾਰ ਦਿੱਤਾ। ਮੈਂ ਇੱਕ ਪਿੰਡ ਤੋਂ ਆਪਣਾ ਸਫ਼ਰ ਸ਼ੁਰੂ ਕਰਿਆ, ਪਿੰਡ ਦਾ ਸਰਪੰਚ ਬਣਿਆ, 2 ਵਾਰੀ ਮਿਊਂਸੀਪਲ ਕੌਂਸਲ ਦਾ ਪ੍ਰਧਾਨ ਬਣਿਆ, ਫਿਰ MLA ਬਣਿਆ, ਮਿਨਿਸਟਰ ਬਣਿਆ, ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਜੋ ਜ਼ਿੰਮੇਵਾਰੀ ਮੈਨੂੰ ਮਿਲੀ ਪੂਰੀ ਇਮਾਨਦਾਰੀ ਨਾਲ ਨਿਭਾਈ, ਪਾਰਟੀ ਪ੍ਰਤੀ ਵਫ਼ਾਦਾਰ ਰਿਹਾ। 32 ਸਾਲ ਪਹਿਲਾਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਸਾਹਿਬ ਨੇ ਮੈਨੂੰ ਇਸ ਪਾਰਟੀ ਦੀ ਸੇਵਾ ਜਿਹੜੀ ਦੇ ਦਿੱਤੀ, ਅੱਜ ਤੱਕ ਉੱਥੇ ਹੀ ਖੜਿਆ ਹੈਗਾ। ਜੋ ਜੋ ਜ਼ਿੰਮੇਵਾਰੀਆਂ ਮਿਲੀਆਂ ਪੂਰੀਆਂ ਨਿਭਾਈਆਂ, ਇਸੇ ਕਰਕੇ ਥੱਲੇ ਤੋਂ ਪ੍ਰਮੋਸ਼ਨ ਹੋ ਕੇ ਆਏ ਹਾਂ। ਬਾਕੀ ਤਾਂ ਇਹ ਆ ਵੀ ਮਤਲਬ ਪ੍ਰਸਤ ਵਾਸਤੇ ਦਲ ਬਦਲੂ ਜਿਹੜੇ ਖੜੇ ਹਾਂ, ਜਿਹੜੇ ਆਪਣੇ ਇੰਟਰਸਟ ਵਾਸਤੇ ਪਾਰਟੀਆਂ ਬਦਲਦੇ ਹਾਂ, ਪਰ ਪਬਲਿਕ ਦੇ ਹੱਥ ਕਦੀ ਕੱਖ ਵੀ ਨਹੀਂ ਪਾਇਆ ਉਹਨਾਂ ਨੇ। ਅਤੇ ਪੰਜਾਬ ਦੇ ਅੰਦਰ ਵੀ ਤੁਸੀਂ ਦੇਖ ਲਿਓ, ਸਰਕਾਰ ਬਣੀ, ਕਾਂਗਰਸ ਦੀ ਬਣੀ, ਗੁਟਕਾ ਸਾਹਿਬ ਦੀ ਸਹੁੰ ਖਾਈ, ਵੱਡੇ ਵਾਅਦੇ ਕਰੇ, ਕੱਖ ਨਹੀਂ ਨਿਕਲਿਆ, ਪੰਜਾਬ ਦੇ ਲੋਕਾਂ ਨੂੰ ਠੱਗ ਲਿਆ। ਤੁਸੀਂ ਕਿਹਾ ਮੈਂ ਥੱਲੋਂ ਉੱਪਰ ਆਇਆ, ਹਰ ਇੱਕ ਚੀਜ਼ ਦਾ ਮਤਲਬ ਸਮਝਿਆ, ਸਰਪੰਚੀ ਦਾ, ਬਲਾਕ ਸੰਮਤੀ ਦਾ, MLA ਦਾ, MP ਦਾ ਕੀ ਮਤਲਬ ਸਮਝਿਆ? MP ਦਾ ਦੇਖੋ, ਜਿਹੜੇ ਮੇਰੇ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਬਣੇ ਨੇ ਜੀ, ਉਹਨਾਂ ਨੇ MP ਦੀ ਅਹਿਮੀਅਤ ਹੀ ਖਤਮ ਕਰ ਦਿੱਤੀ। MP ਦਾ ਮਤਲਬ ਮੈਂ ਤਾਂ ਇਹੀ ਸਮਝੂੰਗਾ ਕਿ ਮੇਰਾ ਪਰਿਵਾਰ, ਮੇਰਾ ਪਟਿਆਲਾ, ਮੇਰਾ ਪੰਜਾਬ। ਸੋ ਮਤਲਬ ਇਹ ਆ ਵੀ ਜੇ ਤੁਸੀਂ ਪਰਿਵਾਰ ਦੀ ਤਰ੍ਹਾਂ
ਆਪਣੀ ਜ਼ਿੰਮੇਵਾਰੀ ਦਾ ਪਰਿਵਾਰ ਦੇ ਮੁਖੀ, ਜੇ ਮੈਨੂੰ ਇੱਥੋਂ ਲੋਕ ਸਭਾ ਦਾ ਮੈਂਬਰ ਬਣਾਉਂਦੇ ਆ, ਸਮਝ ਲਿਓ ਵੀ ਮੈਂ ਇਸ ਪਰਿਵਾਰ ਦਾ ਮੁਖੀ ਬਣਾਇਆ ਉਹਨਾਂ ਨੇ ਲੋਕ ਸਭਾ ਦੇ ਅੰਦਰ। ਜੇ ਮੈਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਊਂਗਾ ਫਿਰ ਉਸ ਨੂੰ ਦੁਬਾਰਾ ਜ਼ਿੰਮੇਵਾਰੀ ਦੇਣ ਦਾ ਫਾਇਦਾ ਕਿਆ ਹੈਗਾ? ਇਸ ਹਲਕੇ ਦੀਆਂ ਕਿੰਨੀਆਂ ਪ੍ਰੋਬਲਮ, ਵੈਸੇ ਤਾਂ ਪੰਜਾਬ ਦੀਆਂ ਹੀ ਪ੍ਰੋਬਲਮ ਦੇਖ ਲਿਓ, ਕਿਸਾਨ ਇਹ ਜਿਹੜਾ ਹਲਕਾ ਨਾ ਜੀ, ਇਹ ਬਾਰਡਰ ਆ, ਗੇਟਵੇ ਆਫ ਪੰਜਾਬ ਆ, ਇੱਥੋਂ ਸਾਰੀ ਐਂਟਰੀ ਹੁੰਦੀ ਆ ਹਰੇਕ ਚੀਜ਼ ਦੀ, ਔਰ ਗੇਟਵੇ ਆਫ ਪੰਜਾਬ ਦੇ ਤੁਸੀਂ ਦੇਖੋ ਵੀ ਮੁੱਖ ਮੰਤਰੀ ਰਹੇ ਆ 2 ਵਾਰੀ, 4 ਵਾਰੀ MP ਰਹੇ ਆ, ਜੇ ਤੁਸੀਂ ਉਸੇ ਨੂੰ ਨਹੀਂ ਸਵਾਰ ਸਕੇ ਬਾਕੀ ਪੰਜਾਬ ਨੂੰ ਕਿਆ ਸਵਾਰੋਂਗੇ? ਮੈਂ ਇੱਥੇ ਚਲੇ ਗਿਆ 17, ਹਰ ਸਾਲ ਲੋਕ ਡੁੱਬਦੇ ਆ, ਫਸਲਾਂ ਠੀਕ ਠਾਕ ਕਰਦੇ ਆ, ਅਗਲੇ ਸਾਲ ਫਿਰ ਵਿਚਾਰੇ ਡੁੱਬ ਜਾਂਦੇ ਆ, ਕਿਸਾਨ ਕਰਜ਼ਈ ਹੁੰਦੇ ਆ। ਮੈਂ 1 ਘੰਟੇ 'ਚ ਸੁਖਬੀਰ ਜੀ ਨੂੰ ਜੀਰਕਪੁਰ ਲਿਆ, ਸਾਰੀਆਂ ਸੜਕਾਂ ਦਿਖਾਈਆਂ, 500 ਕਰੋੜ ਰੁਪਏ ਦੇ ਪ੍ਰੋਜੈਕਟ ਸੈਂਕਸ਼ਨ ਕਰਵਾ ਲਏ ਤੇ, ਇਹ 500-400 ਕਰੋੜ ਰੁਪਏ ਮਹਿਲਾਂ ਵਾਲੇ ਉਹਦੇ 'ਤੇ ਨਹੀਂ ਲਾ ਸਕਦੇ ਤੇ। ਫਰਕ ਸਿਰਫ ਇੰਨਾ ਕਿ ਮੈਂ ਪਿੰਡ 'ਚ ਚੱਲਿਆ, ਪਿੰਡ ਦੀਆਂ ਸਮੱਸਿਆਵਾਂ ਸਮਝਦਾ, ਗਰੀਬੀ 'ਚ ਪੜਿਆ, ਸਰਕਾਰੀ ਸਕੂਲਾਂ 'ਚ ਪੜਿਆ, ਫਿਰ ਧੱਕੇ ਬੱਸਾਂ 'ਚ ਜਾ ਕੇ ਕਾਲਜਾਂ 'ਚ ਪੜਿਆ, ਫਿਰ ਯੂਨੀਵਰਸਿਟੀ 'ਚ ਪੜਿਆ। ਮੈਂ ਥੱਲੇ ਤੋਂ ਚੱਲ ਕੇ ਕਹੀ ਆ, ਇਹ ਮਹਿਲਾਂ 'ਚ ਪੈਦਾ ਹੋਏ ਹਾਂ, ਇਹ ਸਾਰੇ ਕੌਨਵੈਂਟ ਸਕੂਲਾਂ 'ਚ ਪੜ੍ਹੇ ਹੋਏ ਹਾਂ। ਸੋ ਮੈਂ ਇਹ ਸਮਝਦਾ ਕਿ ਪੰਜਾਬੀਆਂ ਹੁਣ ਪੰਜਾਬੀ ਜਿਹੜੇ ਆ ਨਾ ਜੀ, ਨਵਾਂ ਤਜਰਬਾ ਨਹੀਂ ਕਰਨਗੇ। ਸ਼ਰਮਾ ਜੀ, ਕਿਸ ਤਰੀਕੇ ਨਾਲ ਸਮਝਿਆ? ਕਿਉਂਕਿ ਕਹਿੰਦੇ ਨੇ ਕਿ ਜਦੋਂ ਰਾਜੇ ਨੂੰ ਪ੍ਰਜਾ ਦੇ ਬਾਰੇ ਜਾਣਨਾ ਹੋਵੇ ਨਾ, ਤਾਂ ਰਾਜੇ ਨੂੰ ਮੈਦਾਨ ਦੇ ਵਿੱਚ ਉਤਰਨਾ ਪੈਂਦਾ, ਮਾਰਕੀਟ ਦੇ ਵਿੱਚ ਪੈਦਲ ਜਾਣਾ ਪੈਂਦਾ। ਤੁਸੀਂ ਪੰਜਾਬ ਬਚਾਓ ਯਾਤਰਾ ਦੇ ਵਿੱਚ ਗਏ, ਤੁਸੀਂ ਹਲਕੇ ਕਾਫੀ ਘੁੰਮੇ, ਦੇਵੀਗੜ੍ਹ ਘੁੰਮੇ, ਤੁਸੀਂ ਕਈ ਹਲਕਿਆਂ ਦੇ ਵਿੱਚ ਗਏ, ਪੰਜਾਬ ਬਚਾਓ ਯਾਤਰਾ ਦੇ ਵਿੱਚ ਸ਼ਾਮਿਲ ਰਹੇ, ਕੀ ਕੁਛ ਵੇਖਿਆ ਕਿ ਪਟਿਆਲੇ ਦੇ ਅਜੇ ਕਿਹੜੇ ਮੁੱਦੇ ਨੇ ਜੋ NK ਸ਼ਰਮਾ ਨੂੰ ਪਹਿਲੀ ਰਡਾਰ 'ਤੇ ਦਿਖਦੇ ਨੇ ਕਿ ਜੇ ਮੈਂ ਸੰਸਦ ਦੇ ਵਿੱਚ ਜਾ ਕੇ ਬਹਿ ਗਿਆ ਤਾਂ ਇਹ ਆਵਾਜ਼ ਪਹਿਲਾਂ ਚੱਕੂ? ਤੁਸੀਂ ਨਾ ਜੀ ਪਹਿਲਾਂ ਕੈਮਰਾ ਕਢਾਓ, ਮੇਰੇ ਨੇੜੇ ਤੇੜੇ ਕੋਈ ਗਨਮੈਨ ਤੁਹਾਨੂੰ ਨਜ਼ਰ ਆ ਰਿਹਾ ਹੈਗਾ? ਤੁਸੀਂ ਦੂਸਰਿਆਂ ਦੇ ਇੰਟਰਵਿਊ ਲਿਓ, 25 ਬੰਦੇ ਆਲੇ ਦੁਆਲੇ ਖੜੇ ਹੋਣਗੇ, ਚਾਹੇ ਉਹ ਆਪ ਵਾਲੇ ਜਿਹੜੇ ਕਹਿੰਦੇ ਤੇ ਸਿਕਿਉਰਿਟੀ ਨਹੀਂ ਲੈਣੀ, ਚਾਹੇ ਉਹ BJP ਵਾਲੇ ਹੈਗੇ। ਸੋ ਮਤਲਬ ਜਦ ਲੋਕਾਂ ਤੋਂ ਦੂਰ ਬੰਦਾ ਹੋ ਜਾਂਦਾ ਫਿਰ ਉਹਨੂੰ ਪ੍ਰੋਬਲਮਾਂ ਨਹੀਂ ਨਜ਼ਰ ਆਉਂਦੀ। ਮੈਂ ਤਾਂ ਪਿੰਡ ਦਾ ਸਰਪੰਚ ਸੀਗਾ ਅਤੇ ਰਾਜਪੁਰੇ BDO ਦਫ਼ਤਰ ਲੱਗਦਾ ਤਾਂ ਉੱਥੇ ਬੱਸ ਜਾਂਦੇ ਰਹੇ ਹਾਂ ਅਸੀਂ, ਫਿਰ DC ਦਫ਼ਤਰ ਪਟਿਆਲੇ ਦਾ ਮੇਰਾ। ਸੋ ਮੈਨੂੰ ਪਤਾ, ਹੁਣ ਤੁਸੀਂ ਦੱਸੋ, ਬਾਦਲ ਸਾਹਿਬ ਨੇ ਜੀਰਕਪੁਰ ਤੋਂ ਲੈ ਕੇ ਬਾਦਲ ਪਿੰਡ ਤੱਕ ਸੜਕ ਬਣਵਾ ਦਿੱਤੀ, ਡਬਲ ਢਾਈ 6 ਘੰਟੇ ਦਾ ਸਫ਼ਰ 2.5 ਘੰਟੇ 'ਚ ਕਰ ਦਿਆ। ਇਹ ਘੱਟ ਤੋਂ ਘੱਟ ਆਪਣੇ ਘਰ ਦੀ ਸੜਕ ਤਾਂ ਬਣਾ ਸਕਦੇ, ਅਤੇ ਚੰਡੀਗੜ੍ਹ ਤੋਂ ਸਰਹੰਦ ਰੋਡ ਕਿੰਨੀ ਇੰਪੋਰਟੈਂਟ ਰੋਡ ਆ, ਕਿੰਨੇ ਐਕਸੀਡੈਂਟ ਉੱਥੇ ਹੋਏ, ਕਿੰਨਾ ਟ੍ਰੈਫਿਕ ਦਾ ਫਲੋ ਆ। 5 ਸਾਲਾਂ 'ਚ ਨਾ ਉਹ ਬਣਾ ਸਕਿਆ, ਨਾ ਇਹ ਕੈਬਨਿਟ ਵਜ਼ੀਰ ਬਣਾ ਸਕਿਆ। ਪਰਮਾਤਮਾ ਨੇ ਮੈਨੂੰ ਸੇਵਾ ਦਾ ਮੌਕਾ ਦਿਆ ਨਾ, ਲੋਕ ਸਭਾ 'ਚ ਗਾਹ ਪਾਵਾਂਗੇ, ਜਦ ਤੱਕ ਨਹੀਂ ਕੰਮ ਸ਼ੁਰੂ ਹੁੰਦਾ ਰੌਲਾ ਪਾ ਕੇ ਰੱਖਾਂਗੇ, ਉਸ ਸੜਕ ਨੂੰ ਬਣਾਵਾਂਗੇ। ਕਿਸਾਨਾਂ ਦੇ ਜਿਹੜਾ ਗੇਟਵੇ ਦਾ ਮਸਲਾ ਹੈਗਾ, ਬੀਬਾ ਹਰਸਿਮਰਤ ਕੌਰ ਬਾਦਲ ਜੀ ਬਠਿੰਡੇ 'ਚ ਏਮਸ ਲਿਆ ਸਕਦੇ ਹਾਂ, ਅਤੇ ਇਹਨਾਂ ਦੀ 7 ਸਾਲਾਂ ਦੀ 20 ਸਾਲ ਦੀ ਪਰਫੋਰਮੈਂਸ ਦੱਸੋ, ਕੋਈ 1 ਵੱਡਾ ਇੰਸਟੀਚਿਊਟ ਪਟਿਆਲੇ ਜ਼ਿਲ੍ਹੇ 'ਚ ਲੈ ਕੇ ਆਏ ਹਾਂ। ਮੈਂ ਹਲਕਾ ਇੰਚਾਰਜ ਤਾਂ ਮੋਹਾਲੀ ਦਾ, ਬਾਦਲ ਸਾਹਿਬ ਨੇ ਮੈਨੂੰ ਸੇਵਾ ਦੇਈ ਉੱਥੇ, ਬਾਦਲ ਸਾਹਿਬ ਦਾ ਆਸ਼ੀਰਵਾਦ ਤਾਂ ਮੇਰੇ 'ਤੇ। IT ਸਿਟੀ ਬਣੀ, ਐਜੂਕੇਸ਼ਨ ਸਿਟੀ ਬਣੀ, ਮੋਹਾਲੀ ਜਿਹੜੇ ਮੈਡੀ ਸਿਟੀ ਬਣੀ, ਫਿਰ ਲੈਂਡ ਪੂਲਿੰਗ ਸਕੀਮ ਲਾਗੂ ਕਰੀ, ਜ਼ਿਮੀਂਦਾਰਾਂ ਦੀ 840 ਏਕੜ ਜ਼ਮੀਨ ਕਾਂਗਰਸ ਦੀ ਸਰਕਾਰ 'ਚ 8 ਲੱਖ ਰੁਪਏ ਕਿੱਲਾ ਅਕੁਆਇਰ ਹੋਈ ਤੀ, ਮੈਂ ਬਾਦਲ ਸਾਹਿਬ ਦੇ ਗੋਡੇ ਫੜ ਕੇ ਉਹ ਜ਼ਮੀਨ ਉਹਨਾਂ ਨੂੰ ਛੁਡਵਾ ਕੇ ਦੇਈ, ਉਹਨਾਂ ਦੇ ਰਾਈਟਸ ਜਿਹੜੇ ਉਹਨਾਂ ਨੂੰ ਦਵਾਏ। ਡੇਰਾ ਵਸੀ 'ਚ ਕਿੱਡਾ ਵੱਡਾ ਓਵਰ ਬ੍ਰਿਜ ਬਣਿਆ ਹੋਇਆ, ਹੁਣ ਮਹਾਰਾਣੀ ਪ੍ਰਨੀਤ ਕੌਰ ਕੇਂਦਰ 'ਚ ਵਜ਼ੀਰ 'ਤੇ ਇੱਕ ਪੁਲ ਨਹੀਂ ਬਣਾ ਸਕੇ, ਅਤੇ ਮੈਨੂੰ ਜ਼ਿੰਮੇਵਾਰੀ ਮਿਲੀ, ਮੈਂ ਬਾਦਲ ਸਾਹਿਬ ਨੂੰ ਦਿੱਲੀ ਲੈ ਕੇ ਗਿਆ ਆਪ। 13 ਮਹੀਨੇ 'ਚ ਪੁਲ ਬਣ ਕੇ ਤਿਆਰ ਹੋ ਗਿਆ ਤਾ, ਘੱਗਰ 'ਤੇ ਪੁਲ ਲਾਇਆ, ਚੌਂਦੇੜੀ ਪੁਲ ਲਾਇਆ, 10,000 ਲੈਟਰੀਆਂ ਮੈਂ ਆਪਣੇ ਹਲਕੇ 'ਚ ਬਣਾਈ ਤੀ, 5,000 ਮਕਾਨਾਂ ਵਾਲਿਆਂ ਨੂੰ 1.5-1.5 ਲੱਖ ਰੁਪਏ ਦੇ ਦਿੱਤਾ, ਨੀਲੇ ਕਾਰਡ ਦੇ ਦਿੱਤੇ, 500 ਕਿਸਾਨਾਂ ਨੂੰ ਮੈਂ ਮੋਟਰ ਦੇ ਕਨੈਕਸ਼ਨ ਦਵਾਏ, 7 ਸਾਲਾਂ 'ਚ 1 ਵੀ ਨਹੀਂ ਮਿਲਿਆ। ਸੋ ਜੇ ਗੱਲਾਂ ਕਰੂੰਗਾ ਮੋਹਾਲੀ ਦੀ, ਤੁਸੀਂ ਸਟੇਡੀਅਮ ਦੇਖ ਲਿਓ, ਸੜਕਾਂ ਦੇਖ ਲਿਓ, ਏਅਰਪੋਰਟ ਦੇਖ ਲਿਓ, ਉਸ ਟਾਈਮ ਮੇਰੇ ਟਾਈਮ 'ਤੇ, ਮਤਲਬ ਜੇ ਬੰਦਾ ਕਰਨ 'ਤੇ ਆਏ ਕੁਛ ਵੀ ਕਰ ਸਕਦਾ ਹੈਗਾ। ਸੋ ਮੈਂ ਇਹ ਵਾਅਦਾ ਕਰਨਾ ਕਿ ਸਭ ਤੋਂ ਵੱਡਾ ਮਸਲਾ ਕਿਸਾਨੀ ਦਾ ਅੱਜ,
ਸਾਡੀ ਜ਼ਮੀਨਾਂ ਤਬਾਹ ਹੋ ਗਈਆਂ, ਮਤਲਬ ਪਾਣੀ ਖਤਮ ਹੋ ਗਿਆ ਥੱਲੇ। ਦੇਖੋ ਤੁਸੀਂ, ਜੇ MSP ਦੂਸਰੀਆਂ ਫਸਲਾਂ 'ਤੇ ਹੋਊਗਾ ਤਾਂ ਹੀ ਕਿਸਾਨ ਬਦਲਵੀਆਂ ਫਸਲਾਂ ਕਰੂਗਾ। ਸੋ MSP ਦੀ ਗਰੰਟੀ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਹੀ ਡਟ ਕੇ ਲੜ ਸਕਦਾ। ਬਾਕੀ ਤਾਂ ਤਿੰਨੇ ਕੇਂਦਰ ਦੀਆਂ ਪਾਰਟੀਆਂ ਵੋਟਾਂ ਵਾਸਤੇ ਇਹਨਾਂ ਨੂੰ MSP ਨਜ਼ਰ ਆਉਂਦੀ ਹੈ, ਬਾਕੀ ਕਿਸੇ ਨੂੰ ਨਹੀਂ ਆਉਣੀ। ਸ਼ਰਮਾ ਜੀ, ਜਿਵੇਂ ਆਪਾਂ ਧੁੱਪ ਦੇ ਵਿੱਚ ਖੜੇ ਹਾਂ ਕਹਿੰਦੇ ਰੰਗ ਵੀ ਕਾਲਾ ਹੁੰਦਾ ਹੈ ਨਾ, ਔਰ ਬੰਦਾ ਥੱਕਦਾ ਵੀ ਬਹੁਤ ਹੈਗਾ। ਜਿਸ ਤਰੀਕੇ ਦੇ ਨਾਲ ਜਿਹੜੇ ਵਰਕਰ ਹੁੰਦੇ ਨੇ, ਉਹ ਵਰਕਰ ਸਭ ਤੋਂ ਜ਼ਿਆਦਾ ਕਹਿੰਦੇ ਵਰਕਰ ਕਿਸੇ ਵੀ ਪਾਰਟੀ ਦੇ ਰੀੜ੍ਹ ਦੀ ਹੱਡੀ ਹੁੰਦੇ ਨੇ, ਵਰਕਰਾਂ ਦੇ ਸਭ ਤੋਂ ਵੱਡੀ ਹੁੰਦੀ ਹੈ ਕਿ ਸਿਆਸਤ ਨੂੰ ਕਿਵੇਂ ਚੱਕਣਾ, ਕਿਵੇਂ ਆਪਣੇ ਲੀਡਰ ਨੂੰ ਮਹਾਂ ਲੀਡਰ ਬਣਾਉਣਾ। ਕੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਦਲ ਬਦਲੂ ਕੰਮ ਚੱਲ ਰਹੇ ਨੇਗੇ, ਜਿਸ ਤਰੀਕੇ ਨਾਲ ਦੂਸਰੀ ਪਾਰਟੀ ਤੋਂ ਜੇਕਰ ਪਟਿਆਲਾ ਸ਼ਹਿਰ ਦਾ ਗੱਲ ਕਰ ਲਈ ਜਾਵੇ, ਤਾਂ ਪਟਿਆਲਾ ਸ਼ਹਿਰ ਦੇ ਵਿੱਚ ਵੀ ਅਜਿਹੇ ਕੋਈ ਲੀਡਰ ਨੇਗੇ ਜਿਨ੍ਹਾਂ ਨੇ ਦਲ ਬਦਲਿਆ ਆਪਣਾ, ਕੋਈ ਪਾਰਟੀਆਂ ਬਦਲੀਆਂ ਨੇ, ਕੋਈ ਸਿੱਬਲ ਬਦਲੇ ਨੇ ਜਿਨ੍ਹਾਂ ਨੇ ਪਹਿਲਾਂ ਉਸ ਲੈਵਲ 'ਤੇ ਲੜਿਆ ਸੀਗਾ। ਕੀ ਲੱਗਦਾ ਹੈ ਕਿ ਅਕਾਲੀ ਦਲ ਨੂੰ ਇਸਦਾ ਜਿਹੜਾ ਫਾਇਦਾ ਹੋ ਸਕਦਾ, ਜਾਂ ਅਕਾਲੀ ਦਲ ਦੇ ਨਾਲ ਉਹ ਰੁੱਸੇ ਹੋਏ ਲੀਡਰ ਜਿਹੜੇ ਨੇ ਉਹ ਜੁੜ ਚੁੱਕੇ ਨੇ? ਭਾਅ ਜੀ ਮੈਂ ਦੱਸਾਂ, ਜਿਹੜਾ ਵਰਕਰ ਆ ਨਾ, ਮੈਂ ਤਾਂ ਵਰਕਰ ਰਿਹਾ, ਦਰੀਆਂ ਵਿਛਾਉਂਦੇ ਰਹੇ ਹਾਂ, ਪੁਆਧ 'ਚ ਪੈਦਾ ਹੋਇਆ ਮੈਂ। ਇਹਨੀ ਵਰਕਰ ਨਾ ਜੀ, ਸਾਡੇ ਪੁਆਧ 'ਚ ਕਹਿੰਦੇ ਵੀ ਜਿਹਦੇ ਪੱਲੇ ਦਾਣੇ ਹੋਊਗੇ ਨਾ ਜੀ, ਵਰਕਰ ਉਦਾਂ ਹੀ ਕੁਛ ਦਿਖਾਊਗਾ ਜਾ ਕੇ, ਸਮਝ ਗਏ ਨਾ ਜੀ? ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ, ਉਹ ਜਾ ਕੇ ਤਾਂ ਕਹਿ ਸਕਦੇ ਵੀ ਸਾਡਾ ਲੀਡਰ ਆ, ਤੁਸੀਂ ਮੰਦਿਰ ਗੁਰਦੁਆਰੇ 'ਚ ਚੜ੍ਹਾ ਲਿਓ, ਕਦੇ 1 ਰੁਪਈਏ ਦਾ ਲਾਲਚ ਨਹੀਂ ਕਰਿਆ, ਮੈਂ ਚੜ੍ਹਨ ਨੂੰ ਤਿਆਰ ਹਾਂ। ਤਹਿਸੀਲਾਂ ਥਾਣਿਆਂ 'ਚ ਮੈਂ ਹੋਲਡਿੰਗ ਲਾਏ ਹੋਏ 'ਤੇ ਵੀ ਜੇ ਕੋਈ ਪੈਸੇ ਮੰਗਦਾ ਮੈਨੂੰ ਕਾਲ ਕਰੋ। ਅੱਜ ਤਹਿਸੀਲ 'ਚ ਰਜਿਸਟਰੀ ਕਰਵਾ ਕੇ ਦਿਖਾ ਦਿਓ, ਪਟਿਆਲੇ 'ਚ 1 ਲੱਖ ਰੁਪਏ ਤੋਂ ਘੱਟ ਰਿਸ਼ਵਤ ਨਹੀਂ ਲਈ ਜਾਂਦੀ। ਪਟਵਾਰੀ ਤੋਂ ਫਰਦ ਲੈ ਕੇ ਦਿਖਾ ਦਿਓ, ਥਾਣੇ 'ਚ FIR ਦਰਜ ਕਰਵਾ ਕੇ ਦਿਖਾ ਦਿਓ ਬਿਨਾਂ ਪੈਸੇ ਤੋਂ। ਕਰਪਸ਼ਨ ਦਾ ਐਡਾ ਵੱਡਾ ਰਨਾਚ ਹੋਇਆ ਵੀ ਲੁੱਟ ਕੇ ਦਿੱਲੀ ਵਾਲੇ ਪਾਸੇ ਲੈ ਜਾਣੇ ਆ। ਹੁਣ ਕਾਂਗਰਸ ਦੇ ਵਰਕਰ ਕਿਆ ਕਹਿਣਗੇ ਦੱਸੋ ਮੈਨੂੰ, ਜਿਹੜੇ 9 ਹਲਕਾ ਇੰਚਾਰਜ 'ਤੇ ਜਿਨ੍ਹਾਂ ਨੇ ਦਰੀਆਂ ਝਾੜ ਕੇ ਇੱਥੇ ਤੱਕ ਪਹੁੰਚੇ, ਸਾਈਡ ਲਾਈਨ ਕਰਕੇ ਪਹਿਲਾਂ ਗਾਂਧੀ ਜੀ ਆਪ ਤੋਂ ਲੜੇ, ਟਿਕਟ ਨਹੀਂ ਮਿਲੀ, ਫਿਰ ਆਜ਼ਾਦ ਲੜੇ, ਹੁਣ ਮਤਲਬ ਵਾਸਤੇ ਕਾਂਗਰਸ 'ਚ ਚਲੇ ਗਏ। ਦੱਸੋ ਵਰਕਰ ਕਿਆ ਕਹੋਗੇ ਵੀ ਇੱਕ ਉਧਾਰ ਲਏ ਹੋਏ ਉਮੀਦਵਾਰ ਨੂੰ ਵੋਟਾਂ ਪਾ ਦਿਓ? ਉਹ ਤਾਂ ਕਹਿੰਦੇ ਇੰਡੀਆ ਬਚਾਉਣਾ, ਇੰਡੀਆ ਗੱਠਜੋੜ ਦੇ ਨਾਲ। ਕਾਹਦਾ ਇੰਡੀਆ ਬਚਾਉਣਾ? ਇਹੀ ਗਾਂਧੀ ਜੀ ਵੋਟਾਂ ਵਾਸਤੇ ਮੇਰੇ ਹਲਕੇ 'ਚ ਆਏ। ਮੇਰੇ ਯਾਦ ਆ ਇਹਨੇ ਕਿਹਾ ਵੀ ਕਾਂਗਰਸ ਦੇਸ਼ ਦੀ ਸਭ ਤੋਂ ਭ੍ਰਿਸ਼ਟਾਚਾਰੀ ਪਾਰਟੀ ਆ, ਕਾਂਗਰਸ ਨੇ ਦੇਸ਼ ਨੂੰ ਬਰਬਾਦ ਕਰਿਆ ਹੈਗਾ, ਕਾਂਗਰਸ ਭ੍ਰਿਸ਼ਟਾਚਾਰ ਦੀ ਜਾਨੀ ਹੈਗੀ ਆ, ਕਾਂਗਰਸ ਨੇ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਕਰਵਾਇਆ, ਕਾਂਗਰਸ ਨੇ 84 'ਚ ਕਤਲੇਆਮ ਕਰਵਾਇਆ। ਇਹ ਸਾਰੀਆਂ ਗੱਲਾਂ ਗਾਂਧੀ ਜੀ ਕਹਿੰਦੇ ਤੇ, ਹੁਣ ਜਦੋਂ ਗਾਂਧੀ ਜੀ ਕਾਂਗਰਸ 'ਚ ਵੜ ਗਏ ਸਾਰਾ ਕੁਛ ਰੋਗ ਮੁਕਤ ਹੋ ਗਿਆ। ਇਸੇ ਕਰਕੇ ਨਾ ਜੀ ਹੁਣ ਵਰਕਰ ਵਿਚਾਰਾ ਕਿਆ ਕਹੂਗਾ, ਇਸੇ ਕਰਕੇ ਤਾਂ ਮਾਰਿਆ ਮਾਰਿਆ ਫਿਰ ਰਿਹਾ, ਇਸੇ ਕਰਕੇ ਤਾਂ ਪਿੱਛੇ ਨਾ ਥਾਣਿਆਂ 'ਚ ਫੋਨ ਕਰੂੰਗਾ ਨਾ ਮੈਂ ਕਚਹਿਰੀਆਂ 'ਚ ਫੋਨ ਕਰੂੰਗਾ। ਜੇ ਕਿਸੇ ਵਰਕਰ ਨਾਲ ਵਧੀਕੀ ਹੋਊਗੀ ਫਿਰ ਫੋਨ ਕੌਣ ਕਰੂਗਾ? ਉਹਦੇ ਨਾਲ ਖੜੂਗਾ ਕੌਣ? ਲੀਡਰ ਨੂੰ ਹੀ ਖੜਨਾ। ਅੱਜ ਜਿਹੜੇ ਵਰਕਰ ਮੇਰੇ ਨਾਲ ਖੜੇ ਆ, ਜੇ ਵਿਚਾਰੇ ਨਾਲ ਧੱਕਾ ਹੁੰਦਾ ਹੋਏ ਤਾਂ ਮੈਂ ਮੈਦਾਨ ਛੱਡ ਕੇ ਭੱਜ ਜੂੰਗਾ, ਮਤਲਬ ਹੀ ਨਹੀਂ, ਉਹਦੇ ਨਾਲ ਮਰਾਂਗੇ, ਨਾਲ ਖੜਾਂਗੇ ਜਾ ਕੇ। ਸੋ ਇਹ ਇਹਨਾਂ ਦੀ ਆ। ਫਿਰ ਹੁਣ ਮੈਨੂੰ ਇੱਕ ਗੱਲ ਦੱਸੋ, ਚਲੋ ਮਹਾਰਾਣੀ ਸਾਹਿਬ 20 ਸਾਲ ਕਾਂਗਰਸ 'ਚ ਰਹੇ ਆ, BJP ਉਹਨੂੰ ਹਿੰਦੂ ਪਾਰਟੀ ਵੀ ਲੱਗਦੀ ਤੀ, ਮਾੜੀ ਪਾਰਟੀ ਵੀ ਲੱਗਦੀ ਤੀ, ਗਾਲਾਂ ਵੀ ਕੱਢਦੀ ਤੀ, ਇੱਕਦਮ ਸਰੋਪਾ ਪਿਆ। ਜਿਹੜੇ 20 ਸਾਲ ਵਾਲਾ ਉਹ ਚਿੱਪ ਆ ਜਿਹੜਾ ਚੇਂਜ ਹੋ ਗਿਆ, ਕੰਪਿਊਟਰ ਆ ਵੀ ਜਿਹੜਾ 25 ਸਾਲ 'ਚ ਉਹਦੇ ਦਿਮਾਗ 'ਚ ਫੀਡ ਹੋਇਆ ਵਾ ਕਾਂਗਰਸ ਦਾ ਕਿਸਾਨ, ਅਤੇ ਉਹ ਇੱਕਦਮ ਜਾ ਕੇ ਬਦਲ ਗਿਆ। ਅੱਜ ਦੇਖੋ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਬੜੀ ਵੱਡੀ ਪਾਵਰ ਉਹਨਾਂ ਨੂੰ ਦਈ ਆ। ਇੱਕ ਫੋਨ ਕਰਦੇ ਹਾਂ ਮਹਾਰਾਣੀ ਸਾਹਿਬ, 4 ਬੱਸਾਂ CRP ਦੀ ਚਾਰੇ ਪਾਸੇ ਆ ਕੇ ਖੜ੍ਹ ਜਾਂਦੀਆਂ ਹੈਗੀਆਂ, ਸਾਰਾ ਕੁਛ ਕਰਦੇ ਹਾਂ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਹਾਡੇ ਕੋਲ ਪਾਵਰ ਆ, ਤਾਕਤ ਆ, ਤੁਸੀਂ ਘੱਟ ਤੋਂ ਘੱਟ ਜਿਹੜੇ 5-10-20 ਮੁੰਡੇ ਫੜੇ ਆ ਧੱਕੇ ਨਾਲ, ਐਵੇਂ ਉਹਨਾਂ ਨੂੰ ਤਾਂ ਛਡਾ ਦਿਓ, ਕਿਉਂਕਿ ਭਗਵੰਤ ਮਾਨ ਤਾਂ ਅਮਿਤ ਸ਼ਾਹ ਦੀ ਚਮਚਾਗਿਰੀ ਉੱਥੇ ਕਰਦਾ ਹੈਗਾ, ਜੋ ਅਮਿਤ ਸ਼ਾਹ ਕਹਿੰਦਾ ਭਗਵੰਤ ਮਾਨ ਨੇ ਕਰਨਾ, ਕਿ ਦਬਕਾ ਮਰਵਾਓ, ਛਡਵਾ ਦਿਓ ਉਹਨਾਂ ਨੂੰ। ਸ਼ਰਮਾ ਜੀ, ਲੱਗਦਾ ਹੈ ਕਿ ਜਿਸ ਤਰੀਕੇ ਨਾਲ ਵਿਰੋਧ ਵੀ ਚੱਲ ਰਿਹਾ ਹੈਗਾ, BJP ਦਾ ਲਗਾਤਾਰ ਵਿਰੋਧ ਚੱਲ ਰਿਹਾ, ਹੁਣ ਕਈ ਥਾਵਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਲੀਡਰ ਵੀ ਰੁਕੇ ਗਏ ਕਿ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ, ਲੋਕਾਂ ਦਾ ਭਰੋਸਾ ਲੀਡਰ ਤੋਂ ਉੱਠ ਗਿਆ ਜਾਂ ਸਿਆਸਤ ਤੋਂ ਉੱਠ ਗਿਆ? ਭਾਅ ਜੀ ਸਿਆਸਤ ਤੋਂ ਉੱਠ ਗਿਆ, ਇਹਨਾਂ ਲੋਕਾਂ ਨੇ ਸਿਆਸਤ ਗੰਧਲੀ ਕਰਤੀ।
ਇਹ ਬੰਦੇ ਨਾ ਐਂ ਕਹਿੰਦੇ ਤੇ 5 ਮਿੰਟ 'ਚ ਜਿਹੜੀ ਗਰੰਟੀ ਦੇਵਾਂਗੇ ਤੁਹਾਨੂੰ ਕਾਨੂੰਨ ਦੀ MSP ਦੀ, ਇਹ ਕਹਿ ਰਿਹਾ ਤਾਂ ਨਾ ਤਾਂ ਇਹ ਕੇਂਦਰ ਪੈਸੇ ਸਾਡੇ ਕੋਲ ਹੋਣਗੇ, 40,000 ਕਰੋੜ ਰੁਪਇਆ ਮਾਈਨਿੰਗ ਤੋਂ ਲਵਾਂਗੇ, ਫਲਾਣੀ ਜਗ੍ਹਾ ਤੋਂ ਲਵਾਂਗੇ, 14 ਫਸਲਾਂ 'ਤੇ ਮੈਂ ਗਰੰਟੀ ਦੇਊਂਗਾ ਭਗਵੰਤ ਮਾਨ ਕਹਿੰਦਾ ਤਾਂ। ਰਾਤ ਨੂੰ ਪਤਾ ਨਹੀਂ ਕਿਹੜਾ ਨਸ਼ਾ ਕਰਦਾ ਹੈਗਾ, 4 ਡਾਇਲੋਗ ਸਵੇਰੇ ਉੱਠ ਕੇ ਬੋਲ ਦਿੰਦਾ। ਮਤਲਬ ਇਹ ਆ ਵੀ ਇੱਕ ਮਰਿਆਦਾ ਹੁੰਦੀ ਆ। ਦੇਖੋ CM ਦਾ ਜਿਹੜਾ ਇੱਕ ਬੋਲ ਆ ਨਾ ਜੀ, ਉਹ ਕਾਨੂੰਨ ਹੁੰਦਾ ਹੈਗਾ। ਭਗਵੰਤ ਮਾਨ ਜੀ ਮੇਰੇ ਹਲਕੇ 'ਚ ਆਏ, ਭੰਖਰਪੁਰ 'ਚ ਆਏ, ਸਟੇਟਮੈਂਟ ਦੇ ਗਏ ਵੀ ਜੀ ਮੈਂ ਨਾ NOC ਬੰਦ ਅੱਜ ਤੋਂ ਬਾਅਦ। ਇੱਕ ਪੁਲ ਦਾ ਮੇਰੇ ਮੁਬਾਰਕਪੁਰ 'ਚ, ਉੱਥੇ ਥੱਲੇ ਨਾ ਖੱਡੇ ਹੋਏ ਪਏ ਆ। ਕਹਿ ਰਿਹਾ ਜੀ ਇੱਕ ਉਹ ਮੁਬਾਰਕਪੁਰ ਪੁਲ ਆ, ਉਹਦੇ ਖੱਡੇ ਪਏ ਹੋਏ ਆ, ਸਵੇਰੇ ਉਹ ਖੱਡੇ ਭਰ ਦੇਂਗੇ ਗਾ। ਅੱਜ 3 ਮਹੀਨੇ ਹੋ ਗਏ ਖੱਡੇ ਨਹੀਂ ਭਰੇ ਗਏ, ਨਾ NOC ਬੰਦ ਹੋਈਆਂ ਹੈਗੀਆਂ। ਇਹਨੀ ਤੁਸੀਂ ਹੈਰਾਨ ਰਹਿ ਜੂੰਗੇ। ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਸਾਨੂੰ ਤਾਂ ਸਾਡੇ ਦਾਦੀ ਬਾਬਾ ਕਹਾਣੀਆਂ ਸੁਣਾਏ ਕਰਾਂਦੇ, ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਕਰਦੇ ਰਹੇ ਹਾਂ ਇੱਥੇ, ਜੱਸਾ ਸਿੰਘ ਰਾਮਗੜੀਆ ਜੀ ਵਰਗੇ, ਹਰੀ ਸਿੰਘ ਨਲੂਏ ਵਰਗੇ ਇੱਥੇ ਪੈਦਾ ਹੋਏ, ਜਿਨ੍ਹਾਂ ਨੇ ਅਫਗਾਨ ਫਤਿਹ ਕਰਿਆ, ਅਤੇ ਅੱਜ ਕੌਣ ਬੈਠਿਆ ਸੀਟ 'ਤੇ? 9 ਵਜੇ ਪੈਗ ਲਾ ਕੇ ਵਿਧਾਨ ਸਭਾ 'ਚ ਜਾਂਦੇ ਆ ਅਤੇ ਗੱਲਾਂ ਕਿਸ ਤਰ੍ਹਾਂ ਕਰਦੇ ਆ? ਦੇਖਿਆ ਸ਼ਰਮਾ ਜੀ, ਇਹ ਸਿਆਸਤ ਤੋਂ ਨਹੀਂ ਰਹੇਗੀ, ਕਿਉਂਕਿ ਪੰਜਾਬ ਦੇ ਲੋਕਾਂ ਦੀ ਸਿਆਸਤ ਹੈ ਕਿ ਅੱਜ ਕੱਲ੍ਹ ਜਿਹੜੇ ਸਿਆਸਤਦਾਨ ਇੱਕ ਦੂਜੇ ਨੂੰ ਭੰਡਣ ਦੇ ਵਿੱਚ ਜ਼ਿਆਦਾ ਜ਼ੋਰ ਦਿੰਦੇ ਨੇ, ਗਾਲਾਂ ਕੱਢਣ ਦੇ ਵਿੱਚ ਜ਼ਿਆਦਾ ਜ਼ੋਰ ਦਿੰਦੇ ਨੇ। ਐਨ ਕੇ ਸ਼ਰਮਾ ਦੀ ਸਿਆਸਤ ਕੀ ਹੈ? ਮੈਂ ਕਿਸੇ ਨੂੰ ਭੰਡਦਾ ਨਹੀਂ, ਮੈਂ ਤਾਂ ਸਿਰਫ ਵੋਟਰਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਤੁਸੀਂ ਨਾ ਜੀ ਕਾਰਗੁਜ਼ਾਰੀ 'ਤੇ ਫੈਸਲੇ ਲਿਆ ਕਰੋ। ਪੰਜਾਬ ਦਾ ਇਨਫਰਾਸਟਰਕਚਰ ਸਾਰਾ ਦੇਖ ਲਿਓ ਵੀ ਕਿਹੜੀ ਪਾਰਟੀ ਨੇ ਬਣਾਇਆ, ਅਤੇ ਮੈਂ ਜਿਹੜੀ ਜਿਹੜੀ ਸੀਟ 'ਤੇ ਰਿਹਾ ਮੇਰੀ ਕਾਰਗੁਜ਼ਾਰੀ ਚੈੱਕ ਕਰੋ ਜ਼ਰੂਰ, ਮੇਰਾ ਕਰੈਕਟਰ ਚੈੱਕ ਕਰੋ ਵੀ ਮੈਂ ਕਰਾਫਟਾਂ ਜਾਂ ਮੈਂ ਇਮਾਨਦਾਰ, ਜਾਂ ਮੈਂ ਜੋ ਮੈਨੂੰ ਸੇਵਾ ਮਿਲੀ ਮੈਂ ਉਹ ਚੰਗੀ ਤਰ੍ਹਾਂ ਨਿਭਾਈ ਕਿ ਨਹੀਂ ਨਿਭਾਈ। ਪਾਰਟੀਆਂ ਦਾ ਕਰੈਕਟਰ ਚੈੱਕ ਕਰੋ, ਲੀਡਰਾਂ ਦਾ ਕਰੈਕਟਰ ਚੈੱਕ ਕਰੋ। ਜੇ ਤੁਸੀਂ ਬਿਨਾਂ ਕਾਰਗੁਜ਼ਾਰੀ ਦੇਖੇ ਫੈਸਲੇ ਕਰੋਗੇ ਨਾ ਜੀ, ਬਿਨਾਂ ਬੰਦਾ ਦੇਖੇ ਫੈਸਲੇ ਕਰੋਗੇ, ਫਿਰ ਇਹ ਦਲ ਬਦਲੀਆਂ ਜਿਹੜੀਆਂ ਚੱਲਦੀਆਂ ਰਹਿਣੀਆਂ, ਫਿਰ ਮਤਲਬ ਪ੍ਰਸਤ ਲੋਕਾਂ ਨੇ ਦੂਸਰੀਆਂ ਪਾਰਟੀਆਂ 'ਚ ਜਾ ਕੇ ਗਲਾਂ 'ਚ ਸਰੋਪੇ ਪਾ ਕੇ ਤੁਹਾਡੇ ਕੋਲ ਆਉਂਦੇ ਰਹਿਣਾ ਹੈਗਾ। ਤੁਸੀਂ ਦਲ ਬਦਲੀ ਵੀ ਰੋਕ ਸਕਦੇ ਆ, ਤੁਸੀਂ ਲੀਡਰਾਂ ਨੂੰ ਮਜਬੂਰ ਕਰ ਸਕਦੇ ਆ ਕੰਮ ਕਰਨ ਵਾਸਤੇ, ਜੇ ਤੁਸੀਂ ਕੰਮ ਕਰਨ ਵਾਲੇ ਲੀਡਰਾਂ ਨੂੰ ਵੋਟ ਪਾਉਂਦੇ ਆ, ਅਦਰਵਾਈਜ਼ ਆਪਣਾ ਪੰਜਾਬ ਨਹੀਂ ਸੁਧਰਨਾ, ਪੰਜਾਬ ਦਾ ਬਚਾਓ ਨਹੀਂ ਹੋਣਾ, ਤਜਰਬੇ ਨਾ ਕਰੋ। ਅੱਜ ਕੱਲ੍ਹ ਗਰੰਟੀਆਂ ਬਹੁਤ ਚੱਲੀਆਂ ਨੇ ਜੀ, ਕੋਈ ਕਹਿੰਦਾ ਮੋਦੀ ਦੀ ਗਰੰਟੀ, ਕੋਈ ਕਹਿੰਦਾ ਆਮ ਆਦਮੀ ਪਾਰਟੀ ਦੀ ਗਰੰਟੀ, NK ਸ਼ਰਮਾ ਦੀ ਕੀ ਗਰੰਟੀ ਹੈਗੀ ਹੈ ਕਿ ਜਦੋਂ ਲੋਕ ਸਭਾ ਦੇ ਵਿੱਚ ਜਾਣ, 4 ਤਰੀਕ ਨੂੰ ਜਦੋਂ ਲੋਕਾਂ ਦਾ ਫਤਵਾ ਆਵੇ, ਜੇ NK ਸ਼ਰਮਾ ਨੂੰ ਮੌਕਾ ਮਿਲਦਾ ਲੋਕ ਸਭਾ ਦੇ ਵਿੱਚ ਜਾਣ ਦਾ, ਤੇ ਸਭ ਤੋਂ ਪਹਿਲਾ ਮੁੱਦਾ, ਸਭ ਤੋਂ ਪਹਿਲੀ ਗੱਲ ਪਟਿਆਲੇ ਦੀ ਕੀ ਹੋਵੇਗੀ? ਭਾਜੀ ਮੈਂ ਦੇਖੋ ਗਰੰਟੀਆਂ ਤਾਂ ਨਹੀਂ ਦਿੰਦਾ, ਮੈਂ ਤਾਂ ਪਿੰਡ 'ਚ ਪੈਦਾ ਹੋਇਆ ਛੋਟਾ ਜਿਹਾ, ਪਰ ਮੈਂ ਇੱਕ ਵਿਸ਼ਵਾਸ ਦਵਾ ਦਿਆਂ ਵੀ ਤੁਹਾਨੂੰ ਤੁਹਾਡੇ MP 'ਤੇ ਮਾਣ ਹੋਊਗਾ, ਤੁਸੀਂ ਮਹਿਸੂਸ ਕਰੋਗੇ ਵੀ ਜਿਹੜੀ ਵੋਟ ਅਸੀਂ ਪਾਈ ਆ ਨਾ ਉਹਦਾ ਅਫਸੋਸ ਨਹੀਂ ਤੁਹਾਨੂੰ, ਤੁਸੀਂ ਸਾਰੀ ਜਗ੍ਹਾ ਦੱਸੋਗੇ ਵੀ ਅਸੀਂ ਇੱਕ MP ਪੈਦਾ ਕਰਿਆ ਜਿਹੜਾ ਲੋਕ ਸਭਾ ਦੇ ਅੰਦਰ ਆਵਾਜ਼ ਬਣ ਕੇ ਗੜਕਿਆ ਵੀ ਆ ਔਰ ਮਸਲਾ ਹੱਲ ਕਰਵਾ ਕੇ ਵੀ ਨਿਕਲਿਆ, ਚਾਹੇ ਉਹ ਕਿਸਾਨਾਂ ਦਾ ਆ, ਚਾਹੇ ਉਹ ਪੰਜਾਬ ਦੇ ਹੱਕਾਂ ਦਾ ਮਸਲਾ ਆ, ਚਾਹੇ ਪਟਿਆਲੇ ਦੀ ਡਿਵੈਲਪਮੈਂਟ ਦਾ ਮਸਲਾ ਆ। ਤੁਹਾਨੂੰ MP ਦੀ ਅਹਿਮੀਅਤ ਪਤਾ ਲੱਗ ਜੂਗੀ, ਸੀਟ ਦਾ ਪਤਾ ਲੱਗ ਜੂਗਾ ਵੀ MP ਦੀ ਪੋਸਟ ਕਿਆ ਹੈਗਾ। ਇਮਾਨਦਾਰੀ ਨਾਲ ਤੁਹਾਡਾ ਸੇਵਾਦਾਰ ਬਣ ਕੇ, ਬੱਚਾ ਬਣ ਕੇ ਸੇਵਾ ਕਰਾਂਗਾ ਮੈਂ। ਬਾਕੀ ਮਹਿਲਾਂ ਵਾਲਿਆ ਆ, ਗਾਂਧੀ ਜੀ ਤਰ੍ਹਾਂ ਇਹ ਨਹੀਂ ਕਹਿੰਦਾ ਵੀ ਮੈਂ ਤੁਹਾਡੇ ਵਿਆਹ ਭੋਗ 'ਚ ਨਹੀਂ ਸ਼ਾਮਿਲ ਹੁੰਦਾ ਜੀ, ਮੈਂ ਤੁਹਾਨੂੰ ਥਾਣੇ 'ਚ ਨਹੀਂ ਛੱਡਵਾਉਣਾ, ਮੈਂ ਤੁਹਾਨੂੰ ਫਲਾਣਾ ਨਹੀਂ ਕਰਾਉਣਾ। ਜਿਸ ਨਾਲ ਵੀ ਧੱਕਾ ਹੋਊਗਾ, ਜਿਸ ਵਰਕਰ ਨਾਲ, ਜਿਸ ਵੋਟ ਪਾਈ ਜਾਂ ਨਹੀਂ ਪਾਈ, ਚਾਹੇ ਨਹੀਂ ਪਾਈ, ਜਿਸ ਨਾਲ ਵੀ ਧੱਕਾ ਹੋਊਗਾ NK ਸ਼ਰਮਾ ਤੁਹਾਡੀ ਆਵਾਜ਼ ਬਣ ਕੇ ਡਟ ਕੇ ਖੜੂਗਾ, ਤੁਹਾਡੀ ਹਰ ਲੜਾਈ ਲੜੂੰਗਾ। ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੈਨੂੰ ਕਿਸੇ ED ਦੀ ਪਰਵਾਹ ਨਹੀਂ, ਮੈਨੂੰ ਕਿਸੇ ਬਿਜ਼ਨਸ ਦੀ ਪਰਵਾਹ ਨਹੀਂ, ਕੁਛ ਵੀ ਹੋਏ ਜੀਣਾ ਇੱਥੇ ਮਰਨਾ ਇੱਥੇ। ਸ਼੍ਰੋਮਣੀ ਅਕਾਲੀ ਦਲ 'ਚ ਪੈਦਾ ਹੋਏ, ਸ਼੍ਰੋਮਣੀ ਅਕਾਲੀ ਦਲ 'ਚ ਹੀ ਮਰਨਾ ਹੈਗਾ। ਰੋਜ਼ ਪਾਰਟੀਆਂ ਨਹੀਂ ਬਦਲਾਂਗਾ, ਵਫ਼ਾਦਾਰ ਰਹਾਂਗਾ ਪਾਰਟੀ ਪ੍ਰਤੀ।
ਬਹੁਤ ਧੰਨਵਾਦ ਅੰਕਿਤ ਸ਼ਰਮਾ ਜੀ, ਤੁਸੀਂ ਉਮੀਦ ਜੋ ਤੁਸੀਂ ਲੋਕਾਂ ਤੋਂ ਲਾ ਰਹੇ ਹੋ, ਲੋਕ ਤੁਹਾਡੀ ਇਸ ਉਮੀਦ 'ਤੇ ਫਤਵਾ ਦੇਣ। ਔਰ ਇਸ ਵੇਲੇ ਅੰਕਿਤ ਸ਼ਰਮਾ ਜੀ ਨਾਲ ਗੱਲਬਾਤ ਕਰ ਰਹੇ ਸੀਗੇ, ਔਰ ਸਿੱਧੇ ਤੌਰ 'ਤੇ ਵੱਡੀ ਗੱਲ ਆਖੀ ਹੈ ਕਿ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਆ ਉਹ ਲੋਕ ਸਭਾ ਦੇ ਵਿੱਚ ਲੈ ਕੇ ਜਾਊਂਗਾ। ਕੈਮਰਾ ਪਰਸਨ ਰਵੀ ਜੱਬਲ ਦੇ ਨਾਲ ਦਮਪ੍ਰੀਤ ਸਿੰਘ, PTC ਨਿਊਜ਼ ਪਟਿਆਲਾ।